ਦੋਸਤੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਅਰਨੇਸਟ ਹੈਮਿੰਗਵੇ ਦੀ 1938 ਵਿੱਚ ਲਿਖੀ ਕਹਾਣੀ 올ਡ ਮੈਨ ਐਟ ਦਾ ਬ੍ਰਿਜ ਦਾ ਪੰਜਾਬੀ ਅਨੁਵਾਦ ਪੁਲ ਉੱਤੇ ਬੈਠਾ ਬਜ਼ੁਰਗ ਇਹ ਅਨੁਵਾਦ ਚਰਨ ਗਿਲ ਜੀ ਨੇ ਕੀਤਾ ਹੈ ਤੇ ਆਵਾਜ਼ ਜਗਸੀਰ ਦੀ ਇੱਕ ਬੁੱਢਾ ਆਦਮੀ ਜਿਸ ਨੇ ਸਟੀਲ ਦੇ ਕਿਨਾਰਿਆਂ ਵਾਲੀ ਐਨਕ ਪਹਿਨੀ ਹੋਈ ਸੀ ਤੇ ਜਿਸ ਦੇ ਕੱਪੜੇ ਬੁਰੀ ਤਰ੍ਹਾਂ ਗਰਦ ਨਾਲ اٹੇ ਹੋਏ ਸਨ ਸੜਕ ਦੇ ਕੰਢੇ ਬੈਠਾ ਸੀ ਇਕ ਦਰਿਆ ਉੱਤੇ ਟਿਊਬਾਂ ਵਾਲੀ ਕਿਸ਼ਤੀ ਦਾ ਬਣਿਆ ਇੱਕ ਪੁਲ ਸੀ ਤੇ ਰੇੜੀਆਂ, ਟਰੱਕ, ਮਰਦ, ਔਰਤਾਂ ਤੇ ਬੱਚੇ ਇਸ ਉੱਤੇ ਲੰਘ ਰਹੇ ਸਨ। ਰੇੜੀਆਂ ਨੂੰ ਖੱਜਰਾ ਖਿੱਚ ਰਹੀਆਂ ਸਨ ਜੋ ਪੁਲ ਤੇ ਚੜਾਈ ਚੜਦੇ ਹੋਏ ਲੜਖੜਾ ਰਹੀਆਂ ਸਨ। ਸਿਪਾਈ ਉਹਨਾਂ ਦੇ ਪੰਨਿਆਂ ਵਿੱਚ ਹੱਥ ਪਾ ਕੇ ਉਹਨਾਂ ਨੂੰ ਚੜਨ ਵਿੱਚ ਮਦਦ ਕਰ ਰਹੇ ਸਨ। ਟਰੱਕ ਅੱਗੇ ਵਧ ਰਹੇ ਸਨ ਤੇ ਨਜ਼ਰਾਂ ਤੋਂ ਉੱਜਲ ਹੁੰਦੇ ਜਾ ਰਹੇ ਸਨ। ਉਹਨਾਂ ਦੇ ਪਿੱਛੇ ਗਿੱਟੇ-ਗਿੱਟੇ ਪੁੱਬਲ ਵਿੱਚ ਕਿਸਾਨ ਪੈਰ ਕਸੀਟ-ਕਸੀਟ ਤੁਰੇ ਜਾ ਰਹੇ ਸਨ। ਮਗਰੋਂ ਬਜ਼ੁਰਗ ਅਹਿਲ ਬੈਠਾ ਸੀ। ਉਹ ਹੱਦੋਂ ਵੱਧ ਥੱਕ ਚੁੱਕਿਆ ਸੀ ਤੇ ਹੋਰ ਤੁਰਨ ਤੋਂ ਆਤੁਰ ਸੀ ਮੇਰਾ ਕੰਮ ਸੀ ਕਿ ਪੁੱਲ ਨੂੰ ਪਾਰ ਕਰਾਂ ਅੱਗੇ ਵਧਾਂ ਤੇ ਦੇਖਾਂ ਕਿ ਦੁਸ਼ਮਣ ਕਿੰਨਾ ਕੁ ਅੱਗੇ ਆ ਚੁੱਕਿਆ ਏ ਮੈਂ ਇਹੋ ਕੀਤਾ ਤੇ ਵਾਪਸ ਪੁੱਲ ਤੇ ਪਰਤ ਆਇਆ ਪਰ ਹੁਣ ਇੱਥੇ ਜ਼ਿਆਦਾ ਰੇੜੀਆਂ ਨਹੀਂ ਸਨ ਤੇ ਕੁਝ ਕੁ ਲੋਕ ਸਨ ਜੋ ਪੈਦਲ ਨਿਕਲ ਰਹੇ ਸਨ ਪਰ ਬਜ਼ੁਰਗ ਆਦਮੀ ਅਜੇ ਵੀ ਉੱਥੇ ਹੀ ਸੀ ਤੁਸੀਂ ਕਿੱਥੋਂ ਆਏ ਹੋ ਮੈਂ ਉਸਨੂੰ ਪੁੱਛਿਆ ਸੈਨ ਕਾਰਲੋਸ ਤੋਂ ਉਸਨੇ ਕਿਹਾ ਤੇ ਮੁਸਕਰਾਇਆ ਇਹ ਉਸਦਾ ਦਾਦਕਾ ਪਿੰਡ ਸੀ ਇਸ ਲਈ ਉਸਦੇ ਜ਼ਿਕਰ ਤੋਂ ਉਸਨੂੰ ਖੁਸ਼ੀ ਮਿਲੀ ਤਾਂ ਹੀ ਉਹ ਮੁਸਕਰਾਇਆ ਮੈਂ ਜਾਨਵਰਾਂ ਦੀ ਦੇਖਭਾਲ ਕਰਦਾ ਉਸਨੇ ਗੱਲ ਅੱਗੇ ਤੋਰੀ ਓ ਮੈਂ ਕਿਹਾ ਪਰ ਮੈਂ ਗੱਲ ਪੂਰੀ ਤਰ੍ਹਾਂ ਸਮਝਿਆ ਨਹੀਂ ਹਾਂਜੀ ਉਸਨੇ ਕਿਹਾ ਮੈਂ ਉੱਥੇ ਹੀ ਰੁਕਿਆ ਰਿਹਾ ਮੈਂ ਜਾਨਵਰਾਂ ਦੀ ਦੇਖਭਾਲ ਕਰਦਾ ਸੀ ਸੈਨ 카를ੋਸ ਤੋਂ ਨਿਕਲਨ ਵਾਲਾ ਮੈਂ ਆਖਰੀ ਆਦਮੀ ਸੀ ਉਹ ਗੱਡਰੀਆ ਨਹੀਂ ਲੱਗਦਾ ਸੀ ਨਾ ਹੀ ਚਰਵਾਹਾ ਮੈਂ ਉਸਦੇ ਸਿਆਹ ਘੱਟੇ ਨਾਲ اٹੇ ਕੱਪੜਿਆਂ ਤੇ ਉਸਦੇ ਧੂੜ ਨਾਲ ਲਿੱਪੇ ਸਾंवਲੇ ਚਿਹਰੇ ਨੂੰ ਉਸਦੀ ਸਟੀਲ ਦੇ ਕਿਨਾਰਿਆਂ ਵਾਲੀ ਐਨਕ ਨੂੰ ਦੇਖਿਆ ਤੇ ਪੁੱਛਿਆ ਕਿਹੜੇ ਜਾਨਵਰ ਸੀ ਕੋਈ ਤਰ੍ਹਾਂ ਦੇ ਜਾਨਵਰ ਉਸਨੇ ਕਿਹਾ ਤੇ ਆਪਣਾ ਸਿਰ ਹਿਲਾਇਆ ਮੈਨੂੰ ਉਹਨਾਂ ਨੂੰ ਛੱਡ ਕੇ ਆਉਣਾ ਪਿਆ ਮੈਂ ਪੁੱਲ ਨੂੰ ਕਿ ਐਬ੍ਰੋ ਡੈਲਟਾ ਦੇ ਅਫਰੀਕਾ ਵਰਗੇ ਦਿਖਣ ਵਾਲੇ ਦੇਸ਼ ਨੂੰ ਵੇਖ ਰਿਹਾ ਸੀ ਤੇ ਹੈਰਾਨ ਹੋ ਰਿਹਾ ਸੀ ਕਿ ਹੁਣ ਉਹ ਵਕਤ ਕਿੰਨਾ ਦੂਰ ਹੈ ਜਦੋਂ ਸਾਡਾ ਸਾਹਮਣਾ ਦੁਸ਼ਮਣ ਨਾਲ ਹੋਵੇਗਾ ਮੈਂ ਗੌਰ ਨਾਲ ਉਹਨਾਂ ਪਹਿਲੀਆਂ ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਦੁਸ਼ਮਣ ਦੇ ਨੇੜੇ ਹੋਣ ਦਾ ਸਿਗਨਲ ਹੋਣਗੀਆਂ ਬਜ਼ੁਰਗ ਆਦਮੀ ਹਾਲੇ ਵੀ ਉੱਥੇ ਹੀ ਬੈਠਾ ਸੀ ਕਿਹੜੇ ਜਾਨਵਰ ਸੀ ਮੈਂ ਪੁੱਛਿਆ ਕੁੱਲ ਤਿੰਨ ਜਾਨਵਰ ਸੀ ਉਸਨੇ ਖੁੱਲ ਕੇ ਦੱਸਿਆ ਦੋ ਬੱਕਰੀਆਂ ਇੱਕ ਬਿੱਲੀ ਤੇ ਕਬੂਤਰਾਂ ਦੇ ਚਾਰ ਜੋੜੇ ਤੇ ਤੁਹਾਨੂੰ ਉਹਨਾਂ ਨੂੰ ਛੱਡ ਕਿਉਂਣਾ ਪਿਆ ਮੈਂ ਪੁੱਛਿਆ ਹਾਂ ਤੋਪਖਾਨੇ ਕਰਕੇ ਕਪਤਾਨ ਨੇ ਮੈਨੂੰ ਤੋਪਖਾਨੇ ਕਰਕੇ ਚਲੇ ਜਾਣ ਨੂੰ ਕਹਿ ਦਿੱਤਾ ਸੀ ਤੇ ਤੁਹਾਡਾ ਟੱਬਰ ਨਹੀਂ ਹੈਗਾ ਮੈਂ ਪੁੱਲ ਦੇ ਦੂਜੇ ਕਿਨਾਰੇ ਵੱਲ ਦੇਖਦੇ ਹੋਏ ਪੁੱਛਿਆ ਜਿੱਥੇ ਕੁਝ ਆਖਰੀ ਰੇੜੇ ਜਲਦੀ ਜਲਦੀ ਚੜ੍ਹਾਈ ਕਰ ਰਹੇ ਸਨ ਨਹੀਂ ਉਸਨੇ ਕਿਹਾ ਸਿਰਫ ਜਾਨਵਰ ਮੈਂ ਕਿਹਾ ਨਾ ਬਿੱਲੀ ਯਕੀਨਨ ਉਹ ਠੀਕ ਹੋਏਗੀ ਬਿੱਲੀ ਆਪਣਾ ਖਿਆਲ ਖੁਦ ਰੱਖ ਸਕਦੀ ਹੈ ਪਰ ਮੈਨੂੰ ਬਾਕੀਆਂ ਦਾ ਪਤਾ ਨਹੀਂ ਕੀ ਹੋਇਆ ਹੋਏਗਾ ਤੁਹਾਡੀ ਸਿਹਤ ਕਿਹੜੀ ਹੈ ਮੈਂ ਪੁੱਛਿਆ ਮੈਂ ਸਿਹਤ ਤੋਂ ਜਮਾ ਕੋਰਾ ਉਸਨੇ ਜਵਾਬ ਦਿੱਤਾ ਮੇਰੀ ਉਮਰ 76 ਸਾਲ ਹੈ ਮੈਂ 12 ਕਿਲੋਮੀਟਰ ਸਫ਼ਰ ਕਰਕੇ ਆਇਆ ਤੇ ਹੁਣ ਮੇਰਾ ਖਿਆਲ ਮੈਂ ਹੋਰ ਚੱਲ ਨਹੀਂ ਸਕਦਾ ਇਹ ਰੁਕਣ ਲਈ ਚੰਗੀ ਜਗ੍ਹਾ ਨਹੀਂ ਹੈ ਮੈਂ ਕਿਹਾ ਜੇਕਰ ਥੋੜੀ ਹੋਰ ਹਿੰਮਤ ਕਰੋ ਤਾਂ ਸੜਕ ਉੱਤੇ ਕਾਫੀ ਟਰੱਕ ਜਾ ਰਹੇ ਨੇ ਜੋ ਤੁਹਾਨੂੰ ਟੋਰਟੋ ਸੰਘ ਪਹੁੰਚਾ ਦੇਣਗੇ ਮੈਂ ਕੁਝ ਇੰਤਜ਼ਾਰ ਕਰਾਂਗਾ ਉਸਨੇ ਕਿਹਾ ਤੇ ਫਿਰ ਮੈਂ ਚਲਾ ਜਾਵਾਂਗਾ ਟਰੱਕ ਕਿੱਧਰ ਨੂੰ ਜਾ ਰਹੇ ਆ 바ਰਸੀਲੋਨਾ ਵੱਲ ਨੂੰ 바ਰਸੀਲੋਨਾ ਵੱਲ ਨੂੰ ਮੈਂ ਉਸ ਨੂੰ ਦੱਸਿਆ ਮੈਂ ਇਸ ਪਾਸੇ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ ਉਸਨੇ ਕਿਹਾ ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਬਹੁਤ ਧੰਨਵਾਦ ਉਸਨੇ ਮੇਰੇ ਵੱਲ ਬਹੁਤ ਖਾਲੀ ਤੇ ਥੱਕੀਆਂ ਹੋਈਆਂ ਨਜ਼ਰਾਂ ਨਾਲ ਦੇਖਿਆ ਜਿਵੇਂ ਉਹ ਆਪਣੀ ਪਰੇਸ਼ਾਨੀ ਕਿਸੇ ਦੂਜੇ ਨਾਲ ਵੰਡ ਰਿਹਾ ਹੋਵੇ ਤੇ ਕਹਿਣ ਲੱਗਾ ਬਿੱਲੀ ਬਿਲਕੁਲ ਠੀਕ ਹੋਏਗੀ ਮੈਨੂੰ ਪੂਰਾ ਭਰੋਸਾ ਹੈ ਬਿੱਲੀ ਬਾਰੇ ਪਰੇਸ਼ਾਨ ਹੋਣ ਦੀ ਤਾਂ ਲੋੜ ਨਹੀਂ ਪਰ ਦੂਜੇ ਤੁਹਾਨੂੰ ਦੂਜੇ ਮਾਰੇ ਕੀ ਲੱਗਦਾ ਸ਼ਾਇਦ ਉਹ ਵੀ ਸਭ ਸਹੀ ਸਲਾਮਤੀ ਨਿਕਲ ਆਣ। ਤੁਹਾਨੂੰ ਲੱਗਦਾ? ਕਿਉਂ ਨਹੀਂ? ਮੈਂ ਪੁਲ ਦੇ ਪਰਲੇ ਕਿਨਾਰੇ ਵੱਲ ਦੇਖਦੇ ਹੋਏ ਕਿਹਾ, ਜਿੱਥੇ ਹੁਣ ਕੋਈ ਰੇੜਾ ਗੱਡੀ ਨਹੀਂ ਸੀ। ਪਰ ਉਹ ਤੋਪਖਾਨੇ ਤੋਂ ਆਦਾ ਬਚਾਓ ਕਿਵੇਂ ਕਰਨਗੇ? ਜਦੋਂ ਕਿ ਮੈਨੂੰ ਤਾਂ ਤੋਪਖਾਨੇ ਕਰਕੇ ਜਾਣ ਨੂੰ ਕਿਹਾ ਸੀ। ਤੁਸੀਂ ਕਬੂਤਰਾਂ ਦੇ ਪਿੰਜਰੇ ਦਾ ਜਿੰਦਰਾ ਖੋਲ ਦਿੱਤਾ ਸੀ। ਮੈਂ ਪੁੱਛਿਆ, ਹਾਂ। ਫਿਰ ਤਾਂ ਉਹ ਉੱਡ ਜਾਣਗੇ। ਹਾਂ ਉਹ ਜ਼ਰੂਰ ਉੱਡ ਜਾਣਗੇ ਪਰ ਦੂਜੇ ਬਿਹਤਰ ਹੀ ਹੋਏਗਾ ਕਿ ਦੂਜੇ ਬਾਰੇ ਸੋਚਿਆ ਹੀ ਨਾ ਜਾਵੇ ਉਸਨੇ ਕਿਹਾ ਜੇਕਰ ਤੁਸੀਂ ਆਰਾਮ ਕਰ ਲਿਆ ਤਾਂ ਮੈਂ ਚੱਲਾਂ ਮੈਂ ਜ਼ੋਰ ਦਿੰਦੇ ਹੋਏ ਕਿਹਾ ਉੱਠੋ ਤੇ ਚੱਲਣ ਦੀ ਕੋਸ਼ਿਸ਼ ਕਰੋ ਤੁਹਾਡਾ ਧੰਨਵਾਦ ਉਸਨੇ ਕਿਹਾ ਤੇ ਆਪਣੇ ਪੈਰਾਂ ਉੱਤੇ ਖੜਾ ਹੋ ਗਿਆ ਉਹ ਇੱਧਰ ਉੱਧਰ ਝੂਲ ਰਿਹਾ ਸੀ ਫਿਰ ਪਿੱਛੇ ਹਟ ਕੇ ਪੁਬਲ ਵਿੱਚ ਬੈਠ ਗਿਆ ਮੈਂ ਜਾਨਵਰਾਂ ਦਾ ਖਿਆਲ ਰੱਖ ਰਿਹਾ ਸੀ ਉਸ ਨੇ ਰਿੱਖੀ ਜਿਹੀ ਆਵਾਜ਼ ਵਿੱਚ ਕਿਹਾ ਪਰ ਮੈਨੂੰ ਨਹੀਂ ਮੈਂ ਤਾਂ ਸਿਰਫ ਜਾਨਵਰਾਂ ਦਾ ਹੀ ਖਿਆਲ ਰੱਖ ਰਿਹਾ ਸੀ ਮੈਂ ਉਸ ਲਈ ਕੁਝ ਵੀ ਨਹੀਂ ਕਰ ਸਕਦਾ ਸੀ ਇਹ ਈਸਟਰ ਦਾ ਐਤਵਾਰ ਸੀ ਤੇ ਫਾਸ਼ੀਵਾਦੀ ਈਬਰੋ ਵੱਲ ਵੱਧ ਰਹੇ ਸਨ ਇਹ سرمਈ ਬੱਦਲ ਵਾਲਾ ਦਿਨ ਸੀ ਨੀਵੀਂ ਛੱਤ ਵਾਲਾ ਇਸ ਲਈ ਉਹਨਾਂ ਦੇ ਜਹਾਜ਼ ਉੱਡ ਨਹੀਂ ਸੀ ਸਕੇ ਅਤੇ ਇਹ ਤੱਥ ਕਿ ਬਿੱਲੀਆਂ ਜਾਣਦੀਆਂ ਨੇ ਕਿ ਆਪਣਾ ਖਿਆਲ ਕਿਵੇਂ ਰੱਖਿਆ ਜਾ ਸਕਦਾ ਏ ਇਸ ਬਜ਼ੁਰਗ ਆਦਮੀ ਦੀ ਬਸ ਇਹੀ ਖੁਸ਼ਕਿਸਮਤੀ ਸੀ ਦੋਸਤੋ ਤੁਸੀਂ ਸੁਣ ਰਹੇ ਸੀ ਅਰਨੇਸਟ ਹੈਮਿੰਗਵੇ ਦੀ ਲਿਖੀ ਕਹਾਣੀ 올ਡ ਮੈਨ ਐਟ ਦਾ ਬ੍ਰਿਜ ਦਾ ਪੰਜਾਬੀ ਅਨੁਵਾਦ ਪੁਲ ਉੱਪਰ ਬੈਠਾ ਬਜ਼ੁਰਗ ਇਹ ਕਹਾਣੀ ਚਰਨ ਗਿਲਜੀ ਨੇ ਅਨੁਵਾਦ ਕੀਤੀ ਹੈ ਅਤੇ ਆਵਾਜ਼ ਹੈ ਮੇਰੀ ਅਤੇ ਬਾਤ ਤੁਸੀਂ ਸੁਣ ਰਹੇ ਸੀ ਮੇਰੀ ਯਾਨੀ ਜਗਸੀਰ ਦੀ